ਪਤੀ ਪਤਨੀ ਦਾ ਪਵਿੱਤਰ ਰਿਸ਼ਤਾ ਉਸ ਵੇਲੇ ਤਾਰ-ਤਾਰ ਹੋ ਗਿਆ ਜਦੋਂ ਨਜਾਇਜ਼ ਸੰਬੰਧਾਂ ਦੇ ਚੱਲਦਿਆਂ ਪਤਨੀ ਨੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕਤਲ ਕਰ ਦਿੱਤਾ। ਕਤਲ ਦੀ ਇਹ ਵਾਰਦਾਤ ਮਾਨਸਾ ਦੇ ਪਿੰਡ ਖਿਆਲਾ ਦੇ ਵਿੱਚ ਵਾਪਰੀ ਹੈ। ਦਰਅਸਲ ਮ੍ਰਿਤਕ ਮੱਖਣ ਸਿੰਘ ਦਾ ਵਿਆਹ ਅੱਜ ਤੋਂ 5 ਸਾਲ ਪਹਿਲਾਂ ਹਰਿਆਣਾ ਦੀ ਰਹਿਣ ਵਾਲੀ ਅੰਮ੍ਰਿਤਪਾਲ ਕੌਰ ਦੇ ਨਾਲ ਹੋਇਆ ਸੀ, ਜਿਸ ਤੋਂ ਬਾਅਦ ਘਰ ਦੀ ਆਰਥਿਕ ਤੰਗੀ ਦੇ ਕਾਰਨ ਅੰਮ੍ਰਿਤਪਾਲ ਕੌਰ ਤਲਵੰਡੀ ਰੋਡ ਤੇ ਸਥਿਤ ਇੱਕ ਤਾਗਾ ਮਿਲ ਦੇ ਵਿੱਚ ਨੌਕਰੀ ਕਰਨ ਲੱਗੀ, ਜਿੱਥੇ ਲਾਪ੍ਰਿਤ ਸਿੰਘ ਨਾਮ ਦੇ ਨੌਜਵਾਨ ਦੇ ਨਾਲ ਉਸ ਦੇ ਨਜਾਇਜ਼ ਸੰਬੰਧ ਬਣ ਗਏ। ਇਸ ਗੱਲ ਦਾ ਪਤਾ ਲੱਗਣ ਤੇ ਅੰਮ੍ਰਿਤਪਾਲ ਕੌਰ ਦੇ ਪਤੀ ਮੱਖਣ ਸਿੰਘ ਨੇ ਦੋਵਾਂ ਨੂੰ ਇੱਕ ਦੋ ਵਾਰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਨੇ ਪ੍ਰੇਮ ਸੰਬੰਧਾਂ ਦੇ ਵਿੱਚ ਅੜਿੱਕਾ ਸਮਝ ਕੇ ਮੱਖਣ ਸਿੰਘ ਦਾ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਮ੍ਰਿਤਕ ਦੇ ਘਰ ਦੇ ਵਿੱਚ ਮਾਤਮ ਦਾ ਮਾਹੌਲ ਛਾ ਗਿਆ ਅਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਪਿੰਡ ਦੇ ਸਰਪੰਚ ਹਰਮੇਲ ਸਿੰਘ ਨੇ ਵਾਪਰੀ ਇਸ ਕਤਲ ਦੀ ਵਾਰਦਾਤ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਨਜਾਇਜ਼ ਸੰਬੰਧਾਂ ਦੇ ਚੱਲਦਿਆਂ ਅੰਮ੍ਰਿਤਪਾਲ ਕੌਰ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਤਕਰੀਬਨ 5 ਸਾਲ ਪਹਿਲਾਂ ਤਖਤਮਲ ਹਰਿਆਣਾ ਵਿਖੇ ਅੰਮ੍ਰਿਤਪਾਲ ਕੌਰ ਨਾਲ ਸ਼ਾਦੀ ਹੋਈ। ਸ਼ਾਦੀ ਤੋਂ ਬਾਅਦ ਕੰਮ ਚੱਲਦਾ ਰਿਹਾ ਇਹਨਾਂ ਦਾ ਅਤੇ ਇਹਦੇ ਘਰ ਅੰਮ੍ਰਿਤਪਾਲ ਕੌਰ ਧਾਗਾ ਫੈਕਟਰੀ ਗੇਲੇ ਕੰਮ 'ਤੇ ਲੱਗ ਗਈ। ਉੱਥੇ ਉਹਦੇ ਕੋਈ ਲਾਪ੍ਰੀਤ ਨਾਂ ਦਾ ਮੁੰਡਾ ਉਹਦੇ ਨਾਲ ਨਜਾਇਜ਼ ਸੰਬੰਧ ਬਣ ਗਏ। ਜਦੋਂ ਮੱਖਣ ਸਿੰਘ ਨੂੰ ਉਹਨੇ ਸੰਬੰਧਾਂ ਦਾ ਪਤਾ ਲੱਗਿਆ ਤਾਂ ਇਹਨੇ ਇੱਕ ਦੋ ਵਾਰੀ ਕਿਹਾ ਭਾਈ ਕੰਮ ਛੱਡ ਦਿਓ ਤੁਸੀਂ, ਇਹਨੂੰ ਆਪਦੇ ਰਾਹ ਦਾ ਰੋੜਾ ਸਮਝਦੇ ਹੋਏ ਰਾਤ ਇਹਦਾ ਕਤਲ ਕਰ ਦਿੱਤਾ। ਮੱਖਣ ਸਿੰਘ ਦਾ ਕਤਲ ਲਾਪ੍ਰੀਤ ਅਤੇ ਉਹਦੇ ਘਰਵਾਲੀ ਅੰਮ੍ਰਿਤਪਾਲ ਕੌਰ ਨੇ ਗਿਣੀ ਮਿੱਥੀ ਸਾਜ਼ਿਸ਼ ਦੇ ਹੇਠ ਕਤਲ ਕਰਕੇ ਉਹਨੂੰ ਸਦਾ ਲਈ ਖਤਮ ਕਰਤਾ। ਉਧਰ DSP ਸੰਜੀਵ ਗੋਇਲ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮ੍ਰਿਤਕ ਦੀ ਮਾਤਾ ਨੇ ਬਿਆਨ ਦਰਜ ਕਰਵਾਏ ਨੇ ਕਿ ਉਸ ਦੀ ਨੂੰਹ ਅਤੇ ਲਾਪ੍ਰੀਤ ਦੇ ਆਪਸ ਦੇ ਵਿੱਚ ਨਜਾਇਜ਼ ਸੰਬੰਧ ਸਨ, ਜਿਸ ਕਰਕੇ ਉਹਨਾਂ ਨੇ ਮੱਖਣ ਸਿੰਘ ਦਾ ਕਤਲ ਕਰ ਦਿੱਤਾ। ਫਿਲਹਾਲ ਦੋਵਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ, ਜਿਨ੍ਹਾਂ ਦੀ ਗ੍ਰਿਫਤਾਰੀ ਹੋਣੀ ਹਾਲੇ ਬਾਕੀ ਹੈ। ਬਲਜੀਤ ਕੌਰ ਉਹਦੀ ਮਾਤਾ ਨੇ ਆਪਦੇ ਬਿਆਨ ਤੇ ਪਰਚਾ ਦਰਜ ਕਰਾਇਆ ਵੀ ਉਹਦੀ ਨੂੰਹ ਦੇ ਲਵਪ੍ਰੀਤ ਸਿੰਘ ਨਾਲ ਨਜਾਇਜ਼ ਸੰਬੰਧ ਸੀ। ਉਹ ਧਾਗਾ ਮਿਲ 'ਚ ਕੰਮ ਕਰਦੀ ਸੀ, ਉਹ ਉਹਨੂੰ ਕਹਿ ਕੇ ਅਤੇ ਗਈ ਵੀ ਮੈਂ ਅੱਜ ਧਾਗਾ ਮਿਲ ਜਾਂਦੀ ਹਾਂ, ਤੂੰ ਉਹਦਾ ਪਿੱਛੋਂ ਕਤਲ ਕਰਦੀ। ਇਹਦੇ ਆਧਾਰ ਦੇ ਉੱਤੇ 302-120 ਦੇ ਧਾਰਾ ਦੇ ਤਹਿਤ ਮੁਕੱਦਮਾ ਥਾਣਾ ਸਦਰ ਮਾਨਸਾ ਦਰਜ ਹੋਇਆ ਅਤੇ ਬਾਕੀ ਹਾਲੇ ਦੋਨੇ ਬੰਦੇ ਗ੍ਰਿਫਤਾਰ ਕਰਨੇ ਬਾਕੀ। ਫਿਲਹਾਲ ਕਤਲ ਦੀ ਵਾਰਦਾਤ ਕਰਨ ਵਾਲੇ ਦੋਵੇਂ ਦੋਸ਼ੀ ਫਰਾਰ ਦੱਸੇ ਜਾ ਰਹੇ ਨੇ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਹਨਾਂ ਤੱਕ ਕਦੋਂ ਪਹੁੰਚੇਗੀ। ਸਕਾਈ ਨਿਊਜ਼ ਪੰਜਾਬ ਦੇ ਲਈ ਮਾਨਸਾ ਤੋਂ ਭਿਸ਼ਮ ਗੋਇਲ ਦੀ ਰਿਪੋਰਟ। ਆਲ ਵਰਲਡ ਓਪਨ ਚੈਲੰਜ, ਤੁਰੰਤ ਸਮਾਧਾਨ। A to Z ਸਮੱਸਿਆਵਾਂ ਦਾ ਘਰ ਬੈਠੇ ਸਮਾਧਾਨ। 64 ਸ਼ਕਤੀਆਂ ਦੇ ਮਾਹਿਰ, 21 ਵਾਰ ਗੋਲਡ ਮੈਡਲਿਸਟ, ਵਰਲਡ ਫੇਮਸ ਬਾਬਾ ਸਰਤਾਜ ਖਾਨ। ਸਪੈਸ਼ਲਿਸਟ ਗ੍ਰਹਿ ਕਲੇਸ਼, ਨੌਕਰੀ ਪ੍ਰਮੋਸ਼ਨ, ਕਾਰੋਬਾਰ ਚ ਰੁਕਾਵਟ, ਵਿਆਹ ਚ ਰੁਕਾਵਟ, ਸੰਤਾਨਹੀਨਤਾ, ਤਲਾਕ, ਕੋਰਟ ਕੇਸ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਵਸ਼ੀਕਰਨ, ਮੁਟਕਰਨੀ, ਸਾਰੀਆਂ ਥਾਵਾਂ ਤੋਂ ਨਿਰਾਸ਼ ਹੋ, ਸੰਪਰਕ ਕਰੋ ਵਰਲਡ ਫੇਮਸ ਬਾਬਾ ਸਰਤਾਜ ਖਾਨ ਦੇ ਨਾਲ। ਬਾਬਾ ਸਰਤਾਜ ਖਾਨ 9988135987। ਹਰ ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।